ਪੰਜਾਬ ਵਿਧਾਨ ਸਭਾ ਇਜਲਾਸ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ। ਅੰਦੋਲਨ ਦੌਰਾਨ ਮਾਰੇ ਗਏ ਕਿਸਾਨ ਸ਼ੁਭਕਰਨ ਨੂੰ ਕੀਤਾ ਯਾਦ। ਹੁਣ 4 ਮਾਰਚ ਨੂੰ ਸ਼ੁਰੂ ਹੋਏਗੀ ਸਦਨ ਦੀ ਕਾਰਵਾਈ। ਪੰਜਾਬ ਵਿਧਾਨ ਸਭਾ ਇਜਲਾਸ ਦੀ ਹੰਗਾਮੇਦਾਰ ਸ਼ੁਰੂਆਤ। ਕਾਂਗਰਸ ਵਿਧਾਇਕਾਂ ਨੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ। ਹੰਗਾਮੇ ਕਾਰਨ ਗਵਰਨਰ ਨਹੀਂ ਪੜ੍ਹ ਸਕੇ ਪੂਰਾ ਭਾਸ਼ਣ। ਆਪ ਬੋਲੀ ਕਿਸਾਨਾਂ ਦੇ ਨਾਂ ਤੇ ਮਗਰਮੱਛ ਦੇ ਹੰਝੂ ਵਹਾ ਰਹੀ ਕਾਂਗਰਸ। ਬਾਦਲ ਪਰਿਵਾਰ ਦੇ ਹੋਟਲ ਸੁੱਖ ਵਿਲਾਸ ਤੇ ਅਕਾਲੀ ਦਲ ਨੇ ਦਿੱਤਾ ਸਪਸ਼ਟੀਕਰਨ। ਕਿਹਾ ਸੀਐਮ ਨੇ ਲਾਏ ਗਲਤ ਇਲਜ਼ਾਮ। ਹਫ਼ਤੇ 'ਚ ਨਾ ਮੰਗੀ ਮਾਫ਼ੀ ਤਾਂ ਕਰਾਂਗੇ ਮਾਣਹਾਨੀ ਦਾ ਕੇਸ। ਚੰਡੀਗੜ੍ਹ 'ਚ ਪੰਜਾਬ ਬੀਜੇਪੀ ਕੋਰ ਕਮੇਟੀ ਦੀ ਅਹਿਮ ਮੀਟਿੰਗ। ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਨੂੰ ਲੈ ਕੇ ਚਰਚਾ। ਪ੍ਰਧਾਨ ਸੁਨੀਲ ਜਾਖੜ ਤੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਰਹੇ ਮੌਜੂਦ। ਸੰਗਰੂਰ 'ਚ ਵਿਜੀਲੈਂਸ ਅੱਗੇ ਪੇਸ਼ ਹੋਏ ਸਾਬਕਾ ਵਿਧਾਇਕ ਦਲਵੀਰ ਗੋਲਡੀ। ਕਿਹਾ ਮੈਨੂੰ ਤੇ ਮੇਰੇ ਪਰਿਵਾਰ ਨੂੰ ਕੀਤਾ ਜਾ ਰਿਹਾ ਤੰਗ ਪਰੇਸ਼ਾਨ। ਲੋਕ ਸਭਾ ਚੋਣ ਨਾ ਲੜਨ ਦਾ ਮੇਰੇ 'ਤੇ ਬਣਾਇਆ ਜਾ ਰਿਹਾ। ਆਪਣੇ ਖਿਲਾਫ਼ ਦਰਜ ਹੋਈ FIR ਤੇ ਲੋਕ ਸਭਾ MP ਰਵਨੀਤ ਪਿੱਟੂ ਦਾ ਬਿਆਨ। ਕਿਹਾ ਮੰਗਲਵਾਰ ਨੂੰ ਦਿਆਂਗੇ ਗ੍ਰਿਫ਼ਤਾਰੀ। ਪਰਚਾ ਹੋਇਆ ਹੈ ਤਾਂ ਪਿੱਛੇ ਨਹੀਂ ਹਟਾਂਗੇ। ਸਾਬਕਾ CM ਚਰਨਜੀਤ ਸਿੰਘ ਚੰਨੀ ਨੂੰ ਮਿਲੀ ਧਮਕੀ। ਫੋਨ ਤੇ ਮੈਸੇਜ ਕਰਕੇ 2 ਕਰੋੜ ਰੁਪਏ ਦੀ ਮੰਗੀ ਰੰਗਦਾਰੀ। DGP ਤੇ DIG ਨੂੰ ਦਿੱਤੀ ਸ਼ਿਕਾਇਤ। ਪੁਲਿਸ ਤੇ ਕਾਰਵਾਈ ਨਾ ਕਰਨ ਦੇ ਲਾਏ ਇਲਜ਼ਾਮ। ਗੁਜਰਾਤ ਦੇ ਜਾਮਨਗਰ 'ਚ ਅਨੰਤ ਅਬਾਨੀ ਤੇ ਰਾਧਿਕਾ ਮਰਚੈਂਟ ਦੀ ਪ੍ਰੀ ਵੈਡਿੰਗ ਸੈਰਾਮਨੀ 'ਚ ਲੱਗੀਆਂ ਰੌਣਕਾਂ। ਦੇਸ਼ ਸਣੇ ਦੁਨੀਆ ਭਰ ਤੋਂ VVIP ਗੈਸਟ ਤੇ ਪਹੁੰਚਣ ਦਾ ਸਿਲਸਿਲਾ ਜਾਰੀ। ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਸਟਾਰਸ ਤੇ ਵੱਡੇ ਕਾਰੋਬਾਰੀ ਹੋਏ ਨੇ ਸ਼ਾਮਿਲ। ਸਤਿ ਸ਼੍ਰੀ ਅਕਾਲ, ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। 7 ਵਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ। ਗੱਲ ਕਰਦੇ ਹਾਂ ਪੰਜਾਬ ਵਿਧਾਨ ਸਭਾ ਦੇ ਇਜਲਾਸ ਦੀ, ਜਿਸ ਦੀ ਅੱਜ ਹੰਗਾਮੇਦਾਰ ਸ਼ੁਰੂਆਤ ਹੋਈ। ਪਹਿਲੇ ਦਿਨ ਹੀ ਕਾਂਗਰਸ ਵੱਲੋਂ ਹੰਗਾਮਾ ਕੀਤਾ ਗਿਆ। ਕਿਸਾਨੀ ਮੁੱਦੇ ਨੂੰ ਲੈ ਕੇ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ ਔਰ ਖੂਬ ਸ਼ੋਰ ਸ਼ਰਾਬਾ ਸਦਨ ਦੇ ਅੰਦਰ ਦੇਖਣ ਨੂੰ ਮਿਲਿਆ। ਇੱਥੋਂ ਤੱਕ ਕਿ ਗਵਰਨਰ ਵੀ ਆਪਣਾ ਭਾਸ਼ਣ ਨਹੀਂ ਪੜ੍ਹ ਸਕੇ। ਆਮ ਆਦਮੀ ਪਾਰਟੀ ਨੇ ਉੱਧਰ ਕਾਂਗਰਸ ਤੇ ਪਲਟਵਾਰ ਕੀਤਾ ਕਿ ਕਿਸਾਨੀ ਮੁੱਦੇ ਤੇ ਕਾਂਗਰਸ ਮਗਰਮੱਛ ਦੇ ਹੰਝੂ ਵਹਾ ਰਹੀ ਹੈ। ਸਦਨ ਦੇ ਵਿੱਚ ਅੱਜ ਸ਼ੁਭਕਰਨ ਸਮੇਤ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ। ਪ੍ਰਧਾਨ ਨਾਲ ਉਹਨਾਂ ਦੇ ਹੈਨਰੀ ਟੈਕ। ਜੈ ਹਿੰਦ। ਇਸ ਸਪੀਚ ਮੇ ਵੀ ਟੇਕਨ ਐਜ਼ ਰੈਡ। ਥੈਂਕ ਯੂ। ਸ਼ੁੱਕਰਵਾਰ ਨੂੰ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਹੋਈ, ਜਿਸ ਦਾ ਆਗਾਜ਼ ਹੁੰਦਿਆਂ ਹੀ ਜ਼ਬਰਦਸਤ ਹੰਗਾਮਾ ਹੋਇਆ। ਜਿਵੇਂ ਹੀ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਭਾਸ਼ਣ ਪੜ੍ਹਨਾ ਸ਼ੁਰੂ ਕੀਤਾ ਤਾਂ ਕਿਸਾਨਾਂ ਦੇ ਮੁੱਦੇ ਤੇ ਕਾਂਗਰਸ ਦੇ ਵੱਲੋਂ ਹੰਗਾਮਾ ਕੀਤਾ ਗਿਆ, ਜਿਸ ਦੇ ਚੱਲਦਿਆਂ ਗਵਰਨਰ ਪੂਰਾ ਭਾਸ਼ਣ ਵੀ ਨਾ ਪੜ੍ਹ ਸਕੇ ਤੇ ਵਿਰੋਧੀਆਂ ਦੇ ਹੰਗਾਮੇ ਕਾਰਨ ਕਾਰਵਾਈ ਵੀ ਮੁਲਤਵੀ ਕਰਨੀ ਪਈ। ਆਈ ਵਿਸ਼ ਮਾਈ ਬੈਸਟ ਰਿਗਾਰਡ ਟੂ ਆਲ ਆਫ ਯੂ ਫੋਰ ਯੂਰ ਐਕਟਿਵ partnership in people centric decisions, Punjab holistic development. Jai Hind. With this speech may be taken as read. Thank you.
ਵਿਧਾਨ ਸਭਾ ਦੀ ਕਾਰਵਾਈ ਦੇ ਦੌਰਾਨ ਕਾਂਗਰਸ ਨੇ ਸ਼ੁਭਕਰਨ ਦੀ ਮੌਤ ਦਾ ਮਾਮਲਾ ਚੁੱਕਿਆ। ਅੱਗੋਂ ਆਮ ਆਦਮੀ ਪਾਰਟੀ ਨੇ ਵੀ ਕਾਂਗਰਸ ਤੇ ਪਲਟਵਾਰ ਕੀਤਾ, ਜਦਕਿ ਬੀਜੇਪੀ ਨੇ ਪੰਜਾਬ ਸਰਕਾਰ ਦੇ ਅੱਗੇ ਮੰਗ ਰੱਖੀ ਕਿ ਹਰਿਆਣਾ ਵਾਂਗ ਮਾਨ ਸਰਕਾਰ ਵੀ 14 ਫਸਲਾਂ ਤੇ MSP ਦੇਵੇ। ਇਹਨਾਂ ਨੂੰ ਪਤਾ ਸੀ ਕਿ ਹਾਈ ਕੋਰਟ ਵੱਲੋਂ ਡਾਇਰੈਕਸ਼ਨ ਹੋਣੀ FIR ਦਰਜ ਕਰਨ। ਇੱਕ ਹਫ਼ਤਾ ਲਗਾਤਾਰ ਸ਼ੁਭਕਰਨ ਦੀ ਡੈੱਡ ਬਾਡੀ ਮੈਡੀਕਲ ਕਾਲਜ ਪਟਿਆਲੇ 'ਚ ਪਈ ਰਹੀ। ਉਸ ਦਿਨ 29 ਤੋਂ ਪਹਿਲੇ 28 ਦੀ ਰਾਤ ਨੂੰ 10:40 ਤੇ ਇਹਨੇ ਮਜਬੂਰੀ ਦੇ ਨਾਲ FIR ਦਰਜ ਕੀਤੀ। ਜਿਸ ਕਾਂਗਰਸ ਪਾਰਟੀ ਨੇ ਪਿਛਲੇ 5 ਸਾਲ ਪੰਜਾਬ ਤੇ ਰਾਜ ਕੀਤਾ, 5 ਸਾਲਾਂ ਦੇ ਦੌਰਾਨ ਇੱਕ ਵੀ ਪ੍ਰਾਪਤੀ ਕਾਂਗਰਸ ਪਾਰਟੀ ਨਹੀਂ ਕਰ ਸਕੀ ਪੰਜਾਬ ਦੇ ਅੰਦਰ। ਅੱਜ ਉਹਨਾਂ ਨੇ, ਮੈਂ ਸਮਝਦਾ, ਗਵਰਨਰ ਦੇ ਭਾਸ਼ਣ ਦਾ ਭਾਸ਼ਣ ਨੂੰ ਰੋਕ ਕੇ, ਗਵਰਨਰ ਸਾਹਿਬ ਦੇ ਭਾਸ਼ਣ ਨੂੰ, ਪੰਜਾਬ ਸਰਕਾਰ ਦੇ ਭਾਸ਼ਣ ਨੂੰ ਰੋਕ ਕੇ ਉਹਦੇ 'ਚ ਖਲਲ ਪਾ ਕੇ ਅੱਜ ਸਦਨ ਦੀ ਤੋਹੀਨ ਕੀਤੀ ਆ। ਮੈਨੂੰ ਲੱਗਦਾ ਕਿ ਪੰਜਾਬ ਗਵਰਨਮੈਂਟ ਜਿਹੜੀ ਹੈ ਇਹਨੂੰ ਵੀ ਜ਼ਰਾ ਧਿਆਨ ਦੇਣਾ ਚਾਹੀਦਾ ਕਿ ਕ੍ਰਿਸ਼ੀ ਜਿਹੜਾ ਸਟੇਟ ਦਾ ਮੁੱਦਾ, ਅਗਰ ਹਰਿਆਣਾ 14 ਫਸਲਾਂ ਤੇ MSP ਦੇ ਸਕਦਾ ਤੇ ਪੰਜਾਬ ਗਵਰਨਮੈਂਟ ਵੀ 14 ਫਸਲਾਂ ਤੇ MSP ਘੋਸ਼ਿਤ ਕਰੇ, ਫਿਰ ਤੇ ਇਹਨਾਂ ਨੂੰ ਕੁਛ ਕਹਿਣ ਦਾ ਅਧਿਕਾਰ ਹੈ ਨਾ ਕੇਂਦਰ ਨੂੰ। ਸਦਨ ਦੀ ਕਾਰਵਾਈ ਦੇ ਦੌਰਾਨ ਵਿਛੜੀਆਂ ਰੂਹਾਂ ਨੂੰ ਵੀ ਯਾਦ ਕੀਤਾ ਗਿਆ। ਕਿਸਾਨ ਸ਼ੁਭਕਰਨ ਨੂੰ ਵੀ ਸ਼ਰਧਾਂਜਲੀ ਦਿੱਤੀ ਤੇ ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਮੰਗ ਕੀਤੀ ਕਿ ਅੰਦੋਲਨ ਦੇ ਦੌਰਾਨ ਮਾਰੇ ਹੋਰ ਕਿਸਾਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਜਾਵੇ। 2024 ਨੂੰ ਖਨੌਰੀ ਬਾਰਡਰ ਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋ ਗਏ ਇਹਨਾਂ ਸਭਨਾਂ ਦੇ ਚਲੇ ਜਾਣ ਨਾਲ ਦੇਸ਼, ਰਾਜ ਅਤੇ ਸਾਨੂੰ ਨਾ ਪੂਰਿਆ ਜਾਣ ਵਾਲਾ ਵੱਡਾ ਘਾਟਾ ਪਿਆ ਹੈ। ਇੱਕੋ ਮਿੰਟ ਜੀ, ਮੈਂ ਪੂਰਾ ਕਰ। ਪਹਿਲੇ ਦਿਨ ਜ਼ਬਰਦਸਤ ਹੰਗਾਮੇ ਦੇ ਵਿਚਕਾਰ ਵਿਧਾਨ ਸਭਾ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਤੇ ਹੁਣ 4 ਮਾਰਚ ਨੂੰ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ। ਚੰਡੀਗੜ੍ਹ ਤੋਂ ਪੰਕਜ ਗਪਾਹੀ ਤੇ ਨਪਿੰਦਰ ਸਿੰਘ ਬਰਾੜ, News 18 ਪੰਜਾਬ। ਤੇ ਲੋਕ ਸਭਾ ਚੋਣਾਂ ਲਈ ਪ੍ਰਚਾਰ ਕਰ ਰਹੇ ਪੰਜਾਬ ਦੇ ਸਾਬਕਾ CM ਚਰਨਜੀਤ ਸਿੰਘ ਚੰਨੀ ਨੇ ਖੁਦ ਤੋਂ 2 ਕਰੋੜ ਰੁਪਏ ਦੀ ਰੰਗਦਾਰੀ ਮੰਗਣ ਦਾ ਦਾਅਵਾ ਕੀਤਾ ਹੈ ਔਰ ਇਹ ਗੱਲ ਦੱਸਦੇ ਹੋਏ ਚੰਨੀ ਵੱਲੋਂ ਪੰਜਾਬ ਪੁਲਿਸ ਤੇ ਵੀ ਸਵਾਲ ਖੜੇ ਕੀਤੇ ਗਏ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ, ਪਰ ਇਸ ਦੌਰਾਨ ਉਹ ਇੱਕ ਵੱਖਰਾ ਦਾਅਵਾ ਕਰਦੇ ਨਜ਼ਰ ਆਏ। ਥਾਂ ਸੀ ਮੋਰਿੰਡਾ, ਮੌਕਾ ਸੀ ਪਾਰਟੀ ਵਰਕਰਾਂ ਦੇ ਨਾਲ ਮੁਲਾਕਾਤ ਦਾ, ਜਿੱਥੇ ਉਹਨਾਂ ਨੇ ਖੁਦ ਤੋਂ 2 ਕਰੋੜ ਰੁਪਏ ਦੀ ਰੰਗਦਾਰੀ ਮੰਗਣ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਉਹਨਾਂ ਨੂੰ 2-3 ਵਾਰ ਧਮਕੀ ਭਰੇ ਫੋਨ ਆਏ ਨੇ ਤੇ ਮੈਸੇਜ ਦੇ ਜ਼ਰੀਏ ਵੀ ਰੰਗਦਾਰੀ ਮੰਗੀ ਗਈ ਹੈ। ਇੱਕ ਦਿਨ ਮੈਂ ਆਪਣੇ ਕਿਸੇ ਦੇ ਆ ਰਿਹਾ ਰਾਸ਼ਨ ਦੇ ਕੋਲ ਟੈਲੀਫੋਨ ਆ ਗਿਆ, ਮੈਂ ਚੱਕਿਆ, ਮੈਨੂੰ ਕਹਿੰਦਾ ਵੀ ਮੈਂ ਫਲਾਣਾ ਬੋਲ ਰਿਹਾ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਤੁਹਾਡੀ ਬਾਈ ਜੀ ਨਾਲ ਗੱਲ ਕਰਾਈ ਹੈ। ਮੈਂ ਕਿਹਾ ਤੁਸੀਂ ਦੱਸ ਦੇ ਕਿਆ ਗਾ, ਮੈਂ ਬਾਈ ਜੀ ਨਾਲ ਕਾਹਨੂੰ ਕਰਾਉਣੀ ਹੈ। ਕਹਿੰਦਾ 2 ਕਰੋੜ ਰੁਪਈਏ ਦਾ ਇੰਤਜ਼ਾਮ ਕਰੋ, ਸਾਨੂੰ ਤੁਰੰਤ ਚਾਹੀਦਾ। ਮੈਂ ਕਿਹਾ ਸਾਹਿਬ ਮੈਂ 2 ਕਰੋੜ ਦਾ ਕਿੱਥੇ ਦੇ ਕਰਨਾ, ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਸੀ ਉਹ ਇਲੈਕਸ਼ਨ ਵਿੱਚ ਡਾਲ ਦੇ, ਹੁਣ ਮੈਂ ਕਿੱਥੇ ਦੇਣੇ ਪੈਸੇ। ਕਹਿੰਦਾ ਨਾ ਜੀ, ਫਿਰ ਤੁਸੀਂ ਪਤਾ ਨੀ ਮੈਂ ਬਾਈ ਜੀ ਨਾਲ ਗੱਲ ਕਰਾਉਣਾ। ਮੈਂ ਕਿਹਾ ਤੂੰ ਬਾਈ ਜੀ ਨੂੰ ਰਹਿਣ ਦੇ, ਤੁਸੀਂ ਦੱਸ ਦੇ ਕਿਆ ਕਰਨਾ। ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ। ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ, ਲਿਖੇ ਵਿੱਚ ਨਾ ਆਓ, ਮੇਰੇ ਪਾਸੇ ਕੁਛ ਨਹੀਂ ਮਿਲਣਾ, ਇਹ ਪੰਗੇ ਵਿੱਚ ਨਾ ਪਿਓ, ਨਿਸ਼ਾਨ ਤੁਹਾਡਾ ਹੋ ਜਾਣਾ ਹੈ। ਸਾਬਕਾ CM ਨੇ DGP ਅਤੇ DIG ਨੂੰ ਸ਼ਿਕਾਇਤ ਦੇਣ ਦੇ ਨਾਲ ਧਮਕੀ ਵਾਲੇ ਸਕਰੀਨਸ਼ਾਟ ਸ਼ੇਅਰ ਕਰਨ ਦੀ ਵੀ ਗੱਲ ਕਹੀ ਤੇ ਪੁਲਿਸ ਨੂੰ ਵੀ ਸਵਾਲਾਂ ਦੇ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ। ਫਿਰ ਮੈਸੇਜ ਵੀ ਆਏ ਉਹਨਾਂ ਦੇ, ਸਕਰੀਨਸ਼ਾਟ DGP ਨੂੰ ਭੇਜਤਾ, DIG ਨੂੰ ਭੇਜਤਾ। ਅੱਜ ਤੱਕ ਮੈਨੂੰ DGP ਜਾਂ DIG ਨੇ ਇਹ ਨਹੀਂ ਪੁੱਛਿਆ
ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਆ ਗੱਲਬਾਤ ਹੈ। ਹਾਲਾਂਕਿ ਮੈਂ ਵੀ ਉਹਨਾਂ ਨੂੰ ਕਿਹਾ ਦੁਬਾਰੇ, ਉਹਨਾਂ ਦਾ ਮੈਨੂੰ ਟੈਲੀਫੋਨ ਆਇਆ ਤਿੰਨ ਚਾਰ ਵਾਰ ਆਇਆ ਉਹਨਾਂ ਦਾ ਉੱਜਦੇ ਉਸੇ ਦਿਨ। ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ, ਇਹ ਹੋਣਾ ਨਹੀਂ ਕੰਮ। ਉਹ ਤਾਂ ਹਟ ਗਏ, ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕਿਆ ਕਰ ਰਹੀ ਹੈ? ਅਸਰ ਜੀਤ ਭੱਜਿਆ ਹੋਇਆ ਮੇਰੇ ਵਰਗੇ ਬੰਦੇ ਨੂੰ ਜਦ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕਿਆ ਹਾਲਤ ਹੋਏਗੀ? ਦਰਅਸਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸੀ ਵਰਕਰਾਂ ਤੇ ਸਰਪੰਚਾਂ ਦੇ ਨਾਲ ਮੀਟਿੰਗ ਕਰ ਰਹੇ ਸਨ, ਜਿੱਥੇ ਉਹਨਾਂ ਨੇ ਖੁਦ ਤੋਂ ਰੰਗਦਾਰੀ ਮੰਗੇ ਜਾਣ ਦਾ ਦਾਅਵਾ ਕੀਤਾ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤੇ ਗੱਲ ਕਰਦੇ ਹਾਂ ਲੁਧਿਆਣਾ ਤੋਂ MP ਰਵਨੀਤ ਬਿੱਟੂ ਦੀ। FIR ਨੂੰ ਲੈ ਕੇ ਰਵਨੀਤ ਬਿੱਟੂ ਨੇ ਇੱਕ ਬਿਆਨ ਦਿੱਤਾ ਕਿ ਅਸੀਂ ਮੰਗਲਵਾਰ ਨੂੰ ਗ੍ਰਿਫਤਾਰੀ ਦੇਵਾਂਗੇ। ਅਸਲ 'ਚ ਰਵਨੀਤ ਬਿੱਟੂ ਤੇ ਇੱਕ FIR ਹੋਈ ਹੈ, ਪੁਲਿਸ ਦੇ ਨਾਲ ਧੱਕਾ ਮੁੱਕੀ ਹੋਈ ਸੀ, ਉਸ ਨੂੰ ਲੈ ਕੇ ਰਵਨੀਤ ਬਿੱਟੂ ਨੇ ਕਿਹਾ ਕਿ ਜੇ ਪਰਚਾ ਹੋਇਆ ਹੈ ਤਾਂ ਹੁਣ ਅਸੀਂ ਪਿੱਛੇ ਨਹੀਂ ਹਟਾਂਗੇ। ਕਾਂਗਰਸ ਵੱਲੋਂ ਇੱਕ ਮੀਟਿੰਗ ਕੀਤੀ ਗਈ ਸੀ, ਮੀਟਿੰਗ 'ਚ ਫੈਸਲਾ ਲਿਆ ਕਿ 5 ਤਰੀਕ ਨੂੰ ਦੁਪਹਿਰ 12 ਵਜੇ ਉਹਨਾਂ ਕਿਹਾ ਕਿ ਅਸੀਂ ਗ੍ਰਿਫਤਾਰੀ ਦੇਵਾਂਗੇ। ਵੱਡੀ ਗਿਣਤੀ 'ਚ ਕਾਂਗਰਸ ਵਰਕਰ ਤੇ ਆਗੂ ਗ੍ਰਿਫਤਾਰੀ ਦੇਣਗੇ। ਦਰਅਸਲ ਨਗਰ ਨਿਗਮ ਦਫ਼ਤਰ ਦੇ ਬਾਹਰ ਪ੍ਰੋਟੈਸਟ ਸੀ ਔਰ ਨਿਗਮ ਦਫ਼ਤਰ ਨੂੰ ਤਾਲਾ ਲਾਉਣ 'ਤੇ FIR ਦਰਜ ਹੋਈ ਹੈ। ਰਵਨੀਤ ਬਿੱਟੂ ਅਤੇ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਉਹਨਾਂ ਨੇ ਇਹ ਗੱਲ ਕਹੀ ਆ ਬਈ ਬਿਲਕੁਲ ਇਹ ਸਰਕਾਰ ਮੂਹਰੇ ਝੁਕਣਾ ਨਹੀਂ, ਗ੍ਰਿਫਤਾਰੀ ਦੇਣੀ ਆ। ਸਾਰਿਆਂ ਨੇ ਇਹ ਗੱਲ ਕਹੀ ਆ ਬਈ ਜਦੋਂ ਪਰਚਾ ਦਰਜ ਕੀਤਾ ਏ ਤੇ ਫੇਰ ਪਿੱਛੇ ਹਟਣ ਦਾ ਮਤਲਬ ਨਹੀਂ। 5 ਤਰੀਕ ਨੂੰ DC ਮੰਗਲਵਾਰ ਦਿਨ, ਮੰਗਲਵਾਰ ਟਿਊਜ਼ਡੇ 5 ਤਰੀਕ ਨੂੰ 12 ਵਜੇ ਅਸੀਂ ਹਜ਼ਾਰਾਂ ਦੀ ਗਿਣਤੀ ਜਿਹੜਾ ਏ ਉਹ ਵਰਕਰ ਆਪਣੀ ਗ੍ਰਿਫਤਾਰੀ ਦੇਣ ਜਾਏਗਾ। ਪਹਿਲਾਂ ਅਸੀਂ ਜਿਨ੍ਹਾਂ 'ਤੇ ਉਹਨਾਂ ਨੇ ਬਾਏ ਨੇਮ ਪਰਚਾ ਦਰਜ ਕੀਤਾ ਹੈ ਉਹ, ਅਤੇ ਉਦੋਂ ਬਾਅਦ ਜਿੰਨੇ ਵੀ ਉਹ ਲੋਕ ਚਾਹੁਣਗੇ, ਜਿੰਨੇ ਦੇ ਵੀ ਉਹਨਾਂ ਦੇ 50-60 ਜਿੰਨੇ ਵੀ ਲੋਕ ਚਾਹੀਦੇ ਆ ਉਹ ਸਾਰੇ ਸੈਂਕੜੇ ਲੋਕ ਨੇ ਜਿਹੜੇ ਉਹ ਗ੍ਰਿਫਤਾਰੀਆਂ ਦੇਣ ਲਈ 5 ਤਰੀਕ ਨੂੰ DC ਦਫ਼ਤਰ 12 ਵਜੇ ਮੰਗਲਵਾਰ ਨੂੰ ਪਹੁੰਚਣਗੇ। ਤੇ ਹੁਣ ਗੱਲ ਸੁੱਖ ਵਿਲਾਸ ਦੀ, ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਗਈ ਸੀ। CM ਨੇ ਇਲਜ਼ਾਮ ਲਾਏ ਸੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕਿ ਉਹਨਾਂ ਵੱਲੋਂ ਜਿਹੜੀ ਨਿੱਜੀ ਜਾਇਦਾਦ ਬਣਾਈ ਗਈ ਉਸ ਜਾਇਦਾਦ ਤੇ ਵੱਡੇ ਫਾਇਦੇ ਜਿਹੜੇ ਸੀ ਉਹ ਲਏ ਗਏ ਪਾਲਿਸੀਆਂ ਦੇ ਥਰੂ, ਔਰ ਉਹਨਾਂ ਇਲਜ਼ਾਮਾਂ ਤੇ ਅੱਜ ਅਕਾਲੀ ਦਲ ਨੇ ਸਪਸ਼ਟੀਕਰਨ ਦਿੱਤਾ ਹੈ। ਅਕਾਲੀ ਦਲ ਨੇ ਕਿਹਾ ਹੈ ਕਿ ਸਪੈਸ਼ਲ ਪਾਲਿਸੀ ਦਾ ਬਾਕੀ ਇੰਡਸਟਰੀ ਨੇ ਵੀ ਲਾਭ ਲਿਆ ਹੈ, ਔਰ ਉਹਨਾਂ ਕਿਹਾ ਕਿ CLU ਦਾ ਅਧਿਕਾਰ ਸਿਰਫ ਕੇਂਦਰ ਸਰਕਾਰ ਦੇ ਕੋਲ ਸੀ। ਇੱਥੋਂ ਤੱਕ ਕਿਹਾ ਅਕਾਲੀ ਦਲ ਨੇ ਕਿ ਮੁੱਖ ਮੰਤਰੀ ਇਸ ਬਾਬਤ ਮਾਫ਼ੀ ਮੰਗਣ, ਨਹੀਂ ਤਾਂ ਅਸੀਂ ਮਾਣਹਾਨੀ ਦਾ ਕੇਸ ਕਰਾਂਗੇ। ਦਰਅਸਲ CM ਨੇ ਕੱਲ੍ਹ ਬਾਦਲ ਪਰਿਵਾਰ 'ਤੇ ਸਿੱਧੇ ਸਿੱਧੇ ਇਲਜ਼ਾਮ ਲਾਏ ਸੀ ਕਿ ਸਪੈਸ਼ਲ ਪਾਲਿਸੀ ਦੇ ਜ਼ਰੀਏ ਸਪੈਸ਼ਲ ਲਾਭ ਲਏ ਗਏ ਨੇ, ਔਰ ਇੱਕ ਫਿਗਰ ਕੋਟ ਕੀਤੀ ਗਈ ਸੀ CM ਵੱਲੋਂ ਕਿ 108 ਕਰੋੜ ਰੁਪਏ ਦੀ ਟੈਕਸ ਛੋਟ ਬਾਦਲ ਪਰਿਵਾਰ ਨੇ ਪ੍ਰਾਪਤ ਕੀਤੀ। ਇੱਕੋ ਹੋਟਲ ਵਾਸਤੇ ਇਹਨਾਂ ਨੇ ਪਾਲਿਸੀ ਬਣਾਈ, 108 ਕਰੋੜ, 1 ਅਰਬ, ਯਾਨੀ ਕਿ ਗੌਰਮੈਂਟ ਦੇ ਪੈਸੇ ਚੋਂ ਉਹਨਾਂ ਨੂੰ ਐਗਜ਼ੈਂਪਸ਼ਨ ਮਿਲੂਗੀ ਕਿ ਉਹਨਾਂ ਨੇ ਟੈਕਸ ਨਹੀਂ ਦੇਣਾ। ਸੋ ਕਾਰਵਾਈ ਜੋ ਵੀ ਸਖਤ ਤੋਂ ਸਖਤ ਕਰਨੀ ਪਈ ਅਸੀਂ ਕਰਾਂਗੇ। ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੁੱਖ ਵਿਲਾਸ ਹੋਟਲ ਨੂੰ ਲੈ ਕੇ ਵੱਡਾ ਦਾਅਵਾ ਕੀਤਾ, ਬਾਦਲ ਪਰਿਵਾਰ ਨੂੰ ਕਟਹਿਰੇ ਵਿੱਚ ਖੜਾ ਕਰਦੇ ਕਰੋੜਾਂ ਰੁਪਏ ਦੀ ਟੈਕਸ ਮਾਫ਼ੀ ਦੇ ਇਲਜ਼ਾਮ ਲਗਾਏ, ਜਿਸ ਦੇ ਬਾਅਦ ਆਮ ਆਦਮੀ ਪਾਰਟੀ ਨੇ ਵੀ ਇਨ੍ਹਾਂ ਹੀ ਇਲਜ਼ਾਮਾਂ ਨੂੰ ਇੱਕ ਵਾਰ ਫਿਰ ਦੁਹਰਾਇਆ, ਤਾਂ ਫਿਰ ਅਕਾਲੀ ਦਲ ਵੀ ਤੱਥਾਂ ਸਣੇ ਸਾਹਮਣੇ ਆਇਆ ਕਿ
ਸੀਐਮ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਕਿਹਾ ਕਿ ਈਕੋ ਟੂਰਿਜ਼ਮ ਪਾਲਿਸੀ ਦੇ ਤਹਿਤ ਮੋਹਾਲੀ 'ਚ 8 ਹੋਟਲ ਤੇ 56 ਇੰਡਸਟਰੀਜ਼ ਸਥਾਪਿਤ ਹੋਈਆਂ ਨੇ ਤੇ ਇਹਨਾਂ 8 ਹੋਟਲਾਂ ਦੇ ਵਿੱਚੋਂ ਹੀ ਸੁੱਖ ਵਿਲਾਸ ਇੱਕ ਹੈ। ਮੈਟਰੋ ਈਕੋ ਗ੍ਰੀਨ ਰਿਜ਼ੋਰਟ ਵਰਸਸ ਸੁੱਖ ਵਿਲਾ, ਮੈਟਰੋ ਈਕੋ ਗ੍ਰੀਨ ਰਿਜ਼ੋਰਟ ਵਰਸਸ ਸੁੱਖ ਵਿਲਾ। ਇਹ ਵੀ ਸਾਨੂੰ ਕੱਲ ਹੀ ਪਤਾ ਲੱਗਿਆ ਵੀ ਮੈਟਰੋ ਈਕੋ ਗ੍ਰੀਨ ਰਿਜ਼ੋਰਟ ਵਰਸਸ ਸੁੱਖ ਵਿਲਾ, ਇਹਦੇ 'ਚ ਵੀ ਆਹ ਪਾਲਿਸੀ ਹੈ ਮੇਰੇ ਹੱਥ ਕਿ ਮਤਲਬ ਫੋਰੈਸਟ ਜਿਹੜਾ ਏਰੀਆ ਹੈ ਉਹਦੇ 'ਚ ਇੱਕ ਜ਼ਮੀਨ ਨੂੰ ਡਿਫਰੈਂਟ ਆਪਣੀਆਂ ਕੰਪਨੀਆਂ ਤੋਂ ਖਰੀਦ ਕੇ ਫਿਰ ਆਪਣੇ ਨਾਂ ਹੀ ਲੈ ਕੇ ਆਪਣੇ ਨਾਂ ਹੀ ਲਵਾ ਕੇ 5 ਸਟਾਰ ਸੁੱਖ ਵਿਲਾ ਖੜਾ ਕਰ ਲਿਆ, ਔਰ ਜਿਹਨੂੰ ਐਗਜ਼ੰਪਸ਼ਨ ਦਵਾਈ, ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ, 1 ਅਰਬ ਰੁਪਏ ਦੀ ਐਗਜ਼ੰਪਸ਼ਨ। ਮੈਂ ਕੇਵਲ ਮੋਹਾਲੀ ਡਿਸਟ੍ਰਿਕਟ ਦੀ ਇੰਡਸਟਰੀ ਜਿਹੜੀ ਉਸ ਪਾਲਿਸੀ ਤਹਿਤ ਬੈਨੀਫਿਟ ਲੈ ਰਹੀ ਹੈ ਅੱਜ ਵੀ, ਮੈਂ ਉਹਦੀ ਲਿਸਟ ਲੈ ਕੇ ਆਇਆ। ਕੇਵਲ ਮੋਹਾਲੀ ਡਿਸਟ੍ਰਿਕਟ ਦੀ ਹੈ, 8 ਹੋਟਲ ਹੈ ਜੀ, 56 ਇੰਡਸਟਰੀਜ਼ ਹੈਗੀਆਂ। ਮੈਂ 8 ਹੋਟਲ ਤੁਹਾਨੂੰ ਦੱਸ ਦਿੰਦਾ ਜਿਹਦੇ 'ਚ ਆ ਮੈਟਰੋ ਈਕੋ ਗ੍ਰੀਨ ਵੀ ਹੈ ਸੁੱਖ ਵਿਲਾਸ ਵਾਲਾ। ਸੁੱਖ ਵਿਲਾਸ ਤੋਂ ਇਲਾਵਾ 7 ਹੋਰ ਹੋਟਲ, 56 ਹੋਰ ਇੰਡਸਟਰੀਜ਼ ਉਸੇ ਪਾਲਿਸੀ ਤਹਿਤ ਇਹ ਬੈਨੀਫਿਟਸ ਲੈ ਰਹੀਆਂ। ਉੱਥੇ ਅਕਾਲੀ ਦਲ ਨੇ ਸੀਐਮ ਤੇ ਝੂਠ ਬੋਲਣ ਦੇ ਇਲਜ਼ਾਮ ਲਗਾਉਂਦਿਆਂ ਮਾਣਾ ਨੇ ਕੇਸ ਕਰਨ ਦੀ ਵੀ ਚੇਤਾਵਨੀ ਦਿੱਤੀ ਹੈ। ਅੱਜ ਤੋਂ ਬਾਅਦ ਹਰ ਝੂਠ ਤੇ, ਹਰ ਗਲਤ ਐਲੀਗੇਸ਼ਨ ਤੇ ਡੈਫਾਮੇਸ਼ਨ ਫੇਸ ਕਰਨ ਲਈ ਤਿਆਰ ਰਹੇ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਮੁੱਖ ਮੰਤਰੀ ਨੇ ਵੱਡੀ ਪ੍ਰੈਸ ਕਾਨਫਰੰਸ ਕਰਦਿਆਂ ਇਲਜ਼ਾਮ ਲਗਾਏ ਸਨ ਕਿ ਬਾਦਲ ਪਰਿਵਾਰ ਨੇ ਪਿੰਡ ਪਲਣਪੁਰ ਦੇ ਵਿੱਚ ਜ਼ਮੀਨ ਖਰੀਦੀ, ਜਿਨ੍ਹਾਂ ਵੱਲੋਂ ਜੰਗਲਾਤ ਵਾਲੀ 86 ਕਨਾਲ ਜ਼ਮੀਨ ਖਰੀਦੀ ਗਈ। 2009 ਦੇ ਵਿੱਚ ਈਕੋ ਟੂਰਿਜ਼ਮ ਪਾਲਿਸੀ ਲਿਆਂਦੀ ਗਈ, ਸਿਰਫ ਸੁੱਖ ਵਿਲਾਸ ਦੇ ਲਈ ਸਪੈਸ਼ਲ ਪਾਲਿਸੀ ਬਣਾਈ। ਮੁੱਖ ਮੰਤਰੀ ਨੇ ਕਿਹਾ ਕਿ ਸੁੱਖ ਵਿਲਾਸ ਨੂੰ ਟੈਕਸ ਦੇ ਮਾਮਲੇ ਦੇ ਵਿੱਚ ਵੀ ਵਿਸ਼ੇਸ਼ ਛੋਟ ਦਿੱਤੀ ਗਈ। ਕੁੱਲ ਕਰੀਬ 108 ਕਰੋੜ ਰੁਪਏ ਦਾ ਫਾਇਦਾ ਲਿਆ। ਸਾਲ 2015 ਤੋਂ 2025 ਤੱਕ ਦੇ ਟੈਕਸ ਮਾਫ਼ ਕਰਵਾਏ ਗਏ। ਚੰਡੀਗੜ੍ਹ ਤੋਂ ਪੰਕਜ ਗਪਾਹੀ ਤੇ ਉਮੇਸ਼ ਸ਼ਰਮਾ, ਨਿਊਜ਼ 18 ਪੰਜਾਬ। ਤੇ ਗੱਲ ਸਾਬਕਾ ਕਾਂਗਰਸੀ ਵਿਧਾਇਕ ਦਲਬੀਰ ਗੋਲਡੀ ਦੀ। ਸੰਗਰੂਰ ਦੇ ਵਿੱਚ ਵਿਜੀਲੈਂਸ ਅੱਗੇ ਅੱਜ ਦਲਬੀਰ ਗੋਲਡੀ ਪੇਸ਼ ਹੋਏ। ਇਸ ਮੌਕੇ ਦਲਬੀਰ ਗੋਲਡੀ ਨੇ ਕਿਹਾ ਕਿ ਮੈਨੂੰ ਮੇਰੇ ਪਰਿਵਾਰ, ਰਿਸ਼ਤੇਦਾਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਔਰ ਮੇਰੇ ਤੇ ਲੋਕ ਸਭਾ ਚੋਣਾਂ ਨਾ ਲੜਨ ਲਈ ਦਬਾਅ ਬਣਾਇਆ ਜਾ ਰਿਹਾ। ਗੋਲਡੀ ਨੇ ਕਿਹਾ ਕਿ ਮੈਨੂੰ ਜੇਲ੍ਹ ਭੇਜ ਦਿੱਤਾ, ਮੈਂ ਤਾਂ ਵੀ ਇਲੈਕਸ਼ਨ ਲੜਾਂਗਾ, ਮੈਂ ਐਫੀਡੈਵਿਟ 'ਚ ਪ੍ਰਾਪਰਟੀ ਦੀ ਜਾਣਕਾਰੀ ਦੇ ਚੁੱਕਿਆ ਹਾਂ। ਕਾਂਗਰਸ ਦੇ ਧੂਰੀ ਤੋਂ ਸਾਬਕਾ ਵਿਧਾਇਕ ਨੇ ਦਲਬੀਰ ਸਿੰਘ ਗੋਲਡੀ, ਔਰ ਇਸ ਵਾਰ ਉਹ ਸੀਐਮ ਭਗਵੰਤ ਮਾਨ ਤੋਂ ਹਾਰ ਗਏ ਸੀ। ਸੀਐਮ ਭਗਵੰਤ ਮਾਨ ਦੇ ਸਾਹਮਣੇ ਖੜੇ ਹੋਏ ਸੀ ਕਾਂਗਰਸ ਪਾਰਟੀ ਵੱਲੋਂ ਨੌਜਵਾਨ ਚਿਹਰਾ ਨੇ ਕਾਂਗਰਸ ਦਾ, ਔਰ ਵਿਜੀਲੈਂਸ ਦਫ਼ਤਰ ਅੱਜ ਉਹ ਪੇਸ਼ ਹੋਏ ਸੀ। ਇਸ ਮੌਕੇ ਉਹਨਾਂ ਸਰਕਾਰ 'ਤੇ ਇਲਜ਼ਾਮ ਲਾਏ, ਸੱਤਾਧਾਰੀ ਧਿਰ 'ਤੇ ਇਲਜ਼ਾਮ ਲਾਏ ਕਿ ਉਹਨਾਂ ਨੂੰ ਲੋਕ ਸਭਾ ਇਲੈਕਸ਼ਨ ਲੜਨ ਤੋਂ ਰੋਕਣ ਦੇ ਲਈ ਇਹ ਸਭ ਦਬਾਅ ਬਣਾਇਆ। ਕਮਿਸ਼ਨ ਨੂੰ ਦਿੱਤੇ ਹੋਏ ਐਫੀਡੈਵਿਟ ਤੋਂ ਵੱਧ 1 ਇੰਚ ਵੀ ਮੇਰੇ ਕੋਲ ਪ੍ਰੋਪਰਟੀ ਹੋਈ ਤਾਂ ਇੰਨੀ ਮੀਡੀਆ ਦੇ ਸਾਹਮਣੇ ਕਹਿ ਰਿਹਾ ਮੈਂ ਇੱਥੇ ਆਪਦਾ ਸਿਰ ਕਲਮ ਕਰਾ ਦੂੰ। ਪਰ ਜੇ ਇਹ ਚੀਜ਼ ਕੋਈ ਨਾ ਨਿਕਲੀ ਤਾਂ ਸਾਰੇ ਫਿਰ ਅਫਸਰ ਸਾਹਿਬਾਨ ਵੀ ਇੱਥੇ ਖੜ ਕੇ ਮਾਫ਼ੀ ਮੰਗਣ। ਇਲੈਕਸ਼ਨਾਂ ਤਾਂ ਆਉਣ ਵਾਲੀਆਂ, ਲੋਕ ਸਭਾ ਮੈਂ ਲੜੂੰਗਾ, ਚਾਹੇ ਮੇਰੇ 'ਤੇ ਪਰਚਾ ਦੇ ਕੇ ਖੱਬੇ ਸੱਜੇ ਤਰੀਕੇ ਨਾਲ ਮੈਨੂੰ ਜੇਲ੍ਹ 'ਚ ਭੇਜ ਦੇਣ, ਮੈਂ ਜੇਲ੍ਹ 'ਚੋਂ ਵੀ ਇਲੈਕਸ਼ਨ ਲੜੂੰਗਾ। ਜਿਹੜੀ ਚੀਜ਼ ਦਾ ਇਹ ਸਰਕਾਰ ਨੂੰ ਡਰ ਆ ਤੇ ਮਿਹਨਤ ਆ ਮੇਰੀ, ਤੇ ਮਿਹਨਤ ਨੂੰ ਕੋਈ ਨਹੀਂ ਖੋ ਸਕਦਾ।